ਨਿਆਣੇ ਸਾਡੇ ਦਾ ਖੱਤੀ ਤੇ ਪਏ, ਇੰਨੇ ਬੁਰਾ ਹਾਲ ਹੋਇਆ ਪਿਆ, ਪਾਣੀ ਦਾ ਕੋਈ ਵੱਟਦਾ ਹੀ ਨਹੀਂ। ਮੰਗ ਇਹੀ ਆ ਪ੍ਰਸ਼ਾਸਨ ਨੂੰ ਜੀ, ਦੇਖੋ ਵੋਟਾਂ ਵੇਲੇ ਸਾਰੇ ਆ ਜਾਂਦੇ ਆ, ਹਰ ਪਾਰਟੀ ਦਾ ਲੀਡਰ ਆਉਂਦਾ ਆ ਜੀ ਮੌਕੇ 'ਤੇ, ਹੁਣ ਆਣ ਕੇ ਦੇਖੇ ਕੋਈ ਲੀਡਰ ਨਹੀਂ ਇੱਥੇ ਆਉਂਦਾ ਜੀ, ਸਾਡੇ ਐਕਸ ਐਮ ਸੀ ਆ ਉਹ ਬੰਦੇ ਭੇਜ ਦਿੰਦੇ ਆ ਅਤੇ ਬੰਦੇ ਆਉਂਦੇ ਆ ਜ਼ਰੂਰ, ਪਰ ਕੰਮ ਨਹੀਂ ਸਾਡਾ ਹੁੰਦਾ ਪੂਰਾ। ਪੰਦਰਾਂ ਦਿਨ ਹੋ ਗਏ ਪਰੇਸ਼ਾਨ ਹੋਏ ਆ, ਨਿਆਣੇ ਵੀ ਕਈ ਡਿੱਗੇ ਹੈਗੇ ਆ ਸਕੂਲ ਜਾਣ ਲੱਗੇ, ਤਾਂ ਤੁਸੀਂ ਬਾਕੀ ਸਾਰੀ ਕਵਰੇਜ ਕਰ ਹੀ ਲਈ ਹੈਗੀ ਆ, ਵੀ ਵਾਰ ਵਾਰ ਇੱਥੇ ਬਲੋਕਜ ਹੁੰਦੀ ਆ ਅਤੇ ਉੱਤੋਂ ਉਮਰ ਗੁਰਪੁਰਬ ਆ ਰਿਹਾ ਅਤੇ ਕੋਈ ਮਸਲਾ ਹੱਲ ਹੀ ਨਹੀਂ ਹੋ ਰਿਹਾ ਕਮੇਟੀ ਵਾਲਿਆਂ ਦਾ। ਫਗਵਾੜਾ ਸ਼ਹਿਰ ਦੇ ਮੁਹੱਲਾ ਸੰਤੋਖਪੁਰਾ ਵਿਖੇ ਰਹਿਣ ਵਾਲੇ ਲੋਕ ਸੀਵਰੇਜ ਦੀ ਸਮੱਸਿਆ ਤੋਂ ਕਾਫੀ ਪਰੇਸ਼ਾਨ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਮੁਹੱਲੇ ਵਿੱਚ ਸੀਵਰੇਜ ਦੀ ਲੀਕੇਜ ਹੋ ਰਹੀ ਹੈ, ਜਿਸ ਕਾਰਨ ਪੈਦਾ ਹੋਣ ਵਾਲੀ ਗੰਦੀ ਬਦਬੂ ਤੋਂ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ ਅਤੇ ਸੀਵਰੇਜ ਦਾ ਪਾਣੀ ਗਲੀਆਂ ਮੁਹੱਲਿਆਂ ਵਿੱਚ ਜਮ੍ਹਾਂ ਹੋ ਰਿਹਾ ਹੈ, ਜਿਸ ਕਾਰਨ ਮੁਹੱਲਾ ਵਾਸੀਆਂ ਨੂੰ ਵੱਡੇ ਪੱਧਰ 'ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸੜਕਾਂ 'ਤੇ ਖੜ੍ਹੇ ਇਸ ਗੰਦੇ ਪਾਣੀ ਕਾਰਨ ਸਕੂਲ ਆਉਣ ਜਾਣ ਵਾਲੇ ਬੱਚਿਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਮੀਡੀਆ ਦੇ ਮਾਧਿਅਮ ਰਾਹੀਂ ਸੰਬੰਧਿਤ ਅਧਿਕਾਰੀਆਂ ਕੋਲ ਮੰਗ ਕੀਤੀ ਹੈ ਕਿ ਉਹਨਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇ ਤਾਂ ਜੋ ਮੁਹੱਲਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ। ਹਾਂਜੀ ਭਾਅ ਜੀ, ਕੀ ਨਾਮ ਜੀ ਆਪਣਾ? ਭਾਜੀ ਮੇਰਾ ਨਾਮ ਵਿਨੋਦ ਕੁਮਾਰ ਹੈ ਜੀ। ਹਾਂਜੀ ਵਿਨੋਦ ਕੁਮਾਰ ਜੀ, ਕਿਹੜੇ ਆਪਣਾ ਕਿੱਥੋਂ ਬੋਲ ਰਹੇ ਜੀ? ਸੰਤੋਖਪੁਰਾ ਆਪਣਾ। ਹਾਂਜੀ ਮੱਲਾ ਕਿਹੜਾ? ਮੱਲਾ ਸੰਤੋਖਪੁਰਾ ਭਾਜੀ। ਹਾਂਜੀ ਕੀ ਮਾਮਲਾ ਕੀ ਆ ਜਿਹੜਾ ਅੱਜ? ਭਾਜੀ 15 ਦਿਨ ਹੋ ਗਿਆ ਸੀਵਰੇਜ ਬਲੋਕੇਜ ਦੀ ਜਿਹੜੀ ਸਿਸਟਮ ਚੱਲ ਰਿਹਾ ਇੱਥੇ, ਅਤੇ ਐਮ ਸੀ ਸਾਹਿਬ ਬੰਦੇ ਭੇਜ ਦਿੰਦੇ ਆ ਅਤੇ ਉਹ ਬੰਦੇ ਕੁਛ ਨਹੀਂ ਕਰਦੇ ਜੀ ਮੂਹਰੇ। ਉਹ ਗੱਡੀ ਲਾਈ ਆ, ਗਾਰ ਕੱਢ ਜਾਂਦੇ ਆ ਜੀ, ਉਹ ਮੂਹਰੇ ਹੀ ਗਾਰ ਕੱਢ ਕੇ ਚਲ ਜਾਂਦੇ ਆ। ਅੰਦਰ ਜਿਹੜਾ ਮੈਨੂਅਲ ਪੈਪਾਂ ਦੇ ਵਿੱਚ ਬਲੋਕੇਜ ਹੈਗੀ ਆ ਉਹ ਨਿਕਲ ਨਹੀਂ ਰਹੀ, ਉਹ ਆਉਂਦੇ ਆ 10 ਮਿੰਟ ਫੇਰ ਚਲ ਜਾਂਦੇ ਆ। ਅਤੇ 15 ਦਿਨ ਹੋ ਗਏ ਪਰੇਸ਼ਾਨ ਹੋਏ ਆ, ਨਿਆਣੇ ਵੀ ਕਈ ਡਿੱਗੇ ਹੈਗੇ ਆ ਸਕੂਲ ਜਾਣ ਲੱਗੇ, ਤਾਂ ਤੁਸੀਂ ਬਾਕੀ ਸਾਰੀ ਕਵਰੇਜ ਕਰ ਹੀ ਲਈ ਹੈਗੀ ਆ, ਵੀ ਵਾਰ ਵਾਰ ਇੱਥੇ ਬਲੋਕੇਜ ਹੁੰਦੀ ਆ ਅਤੇ ਉੱਤੋਂ ਉਮਰ ਗੁਰਪੁਰਬ ਆ ਰਿਹਾ ਅਤੇ ਕੋਈ ਮਸਲਾ ਹੱਲ ਹੀ ਨਹੀਂ ਹੋ ਰਿਹਾ ਕਮੇਟੀ ਵਾਲਿਆਂ ਕੋਲ। ਅਤੇ ਕਮੇਟੀ ਘਰ ਸ਼ਿਕਾਇਤ ਵਗੈਰਾ ਦਿੱਤੀ ਤੁਸੀਂ? ਕੀਤੀ ਆ ਜੀ, ਸ਼ਿਕਾਇਤ ਕੀਤੀ ਹੈ ਜੀ, ਕਿੰਨੀ ਵਾਰੀ ਸ਼ਿਕਾਇਤ ਕੀਤੀ ਆ ਅਤੇ ਉਹਨਾਂ ਨੂੰ ਦੱਸਿਆ ਵੀ ਹੈਗਾ, ਐਮ ਸੀ ਸਾਹਿਬ ਨੇ ਵੀ ਕਿੰਨੀ ਵਾਰੀ ਉਹਨਾਂ ਨੂੰ ਇੱਥੇ ਸੱਦਿਆ ਹੈਗਾ, ਪਰ ਉਹ ਕੰਮ ਨਹੀਂ ਭਾਅ ਜੀ ਕੋਈ ਕਰਦੇ ਹੈਗੇ, ਰਿਜ਼ਲਟ ਕੋਈ ਆ ਨਹੀਂ ਰਿਹਾ ਕੰਮ ਦਾ। ਅਤੇ ਕਿੰਨੀ ਦੇਰ ਤੋਂ ਪਰੇਸ਼ਾਨ ਭਾਅ ਜੀ? 15-20 ਦਿਨ ਹੋ ਗਿਆ। ਅਤੇ ਕੀ ਮੰਗ ਰੱਖਦੇ ਤੁਸੀਂ ਇਹਨਾਂ ਕੋਲੋਂ? ਭਾਅ ਜੀ ਇਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਨਹੀਂ ਤਾਂ ਗਾਂ ਮਾਰੇ ਤਾਂ ਗੁਰਪੁਰਬ ਆ ਰਿਹਾ ਅਤੇ ਸਾਨੂੰ ਤਾਂ ਮੁਸ਼ਕਲ ਬਹੁਤ ਆ, ਸਕੂਲ ਜਾਣ ਵੇਲੇ ਨਿਆਣਿਆਂ ਦੇ ਇਗਜ਼ਾਮ ਚੱਲ ਰਹੇ ਆ ਅਤੇ ਇਸ ਕਰਕੇ ਨਿਆਣੇ, ਕੱਲ੍ਹ ਅਸੀਂ ਉਹ ਮੋਟਰਸਾਈਕਲ 'ਤੇ ਆ ਰਹੇ ਸੀ ਤਾਂ ਬੱਚੇ ਸਾਰੇ ਡਿੱਗ ਪਏ ਉੱਥੇ। ਮੇਰਾ ਨਾਂ ਕਮਲ ਆ ਜੀ। ਹਾਂਜੀ ਕਮਲ ਜੀ, ਕਿਹੜੇ ਆਪਣਾ ਸ਼ਹਿਰ ਤੋਂ ਬੋਲਦੇ? ਆਪਾਂ ਸ਼ਹਿਰ ਫਗਵਾੜਾ ਮੁਹੱਲਾ ਸੰਤੋਖਪੁਰ ਆ ਜੀ। ਹਾਂਜੀ ਕੀ ਮਾਮਲਾ ਕੀ ਹੈ ਸਰ? ਮਾਮਲਾ ਜੀ ਸੀਵਰੇਜ ਦੀ ਸਮੱਸਿਆ, ਇਹ ਅੱਜ ਦੀ ਨਹੀਂ ਕਈ ਸਾਲਾਂ ਦੀ ਆ ਸਾਡੀ ਸਮੱਸਿਆ, ਜਦ ਕਿ ਇਹ ਹੱਲ ਨਹੀਂ ਹਾਲੇ ਤੱਕ ਹੋਈ ਸਾਡੀ ਸਮੱਸਿਆ, ਜਿਹੜੀ 15 ਦਿਨਾਂ ਤੋਂ ਕੁਝ ਜ਼ਿਆਦਾ ਹੀ ਆ ਸਮੱਸਿਆ ਇਹ ਹੋ ਰਹੀ। ਪਾਣੀ ਦੀ ਬਲੋਕਿੰਗ ਇੰਨੀ ਆ ਕਿ ਪਾਣੀ ਕਿਸੇ ਪਾਸੇ ਨਿਕਾਸ ਹੈ ਨਹੀਂ ਗਾ ਜੀ ਨਿਕਲਣ ਦਾ। ਅਤੇ ਨਗਰ ਨਿਗਮ ਦੇ ਧਿਆਨ 'ਚ ਨਹੀਂ ਲਿਆਉਂਦਾ ਜੀ? ਨਗਰ ਨਿਗਮ ਦੇ ਧਿਆਨ 'ਚ ਲਿਆਉਂਦਾ ਜੀ ਕਈ ਵਾਰ, ਪਰ ਆਉਂਦੇ ਆ ਬੰਦੇ ਉਹ ਆਪਣਾ ਜਿਹੜਾ ਕੰਮ ਕਰਕੇ 10 ਮਿੰਟ ਦਾ ਚਲ ਜਾਂਦੇ ਆ, ਪਰੇਸ਼ਾਨੀ ਉੱਥੇ ਦੀ ਉੱਥੇ ਹੀ ਖੜੀ ਆ ਸਾਡੀ, ਕੋਈ ਹੱਲ ਨਹੀਂ ਨਿਕਲਿਆ ਜਾਣੀ। ਕੀ ਮੰਗ ਰੱਖਦੇ? ਮੰਗ ਇਹੀ ਆ ਪ੍ਰਸ਼ਾਸਨ ਨੂੰ ਜੀ, ਦੇਖੋ ਵੋਟਾਂ ਵੇਲੇ ਸਾਰੇ ਆ ਜਾਂਦੇ ਆ, ਹਰ ਪਾਰਟੀ ਦਾ ਲੀਡਰ ਆਉਂਦਾ ਆ ਜੀ ਮੌਕੇ 'ਤੇ, ਹੁਣ ਆਣ ਕੇ ਦੇਖੇ ਕੋਈ ਲੀਡਰ ਨਹੀਂ ਇੱਥੇ ਆਉਂਦਾ ਜੀ, ਸਾਡੇ ਐਕਸ ਐਮ ਸੀ ਆ ਉਹ ਬੰਦੇ ਭੇਜ ਦਿੰਦੇ ਆ ਅਤੇ ਉਹ ਬੰਦੇ ਆਉਂਦੇ ਆ ਜ਼ਰੂਰ, ਪਰ ਕੰਮ ਨਹੀਂ ਸਾਡਾ ਹੁੰਦਾ ਪੂਰਾ। ਮੰਗ ਤਾਂ ਇਹੀ ਆ ਸਾਡੀ ਕਿ
ਸਾਡਾ ਜਿਹੜਾ ਸੀਵਰੇਜ ਦਾ ਸਮੱਸਿਆ ਨਾ ਇਹ ਨਵੇਂ ਸਿਰਿਓਂ ਤੋਂ ਸ਼ੁਰੂ ਕੀਤੀ ਜਾਵੇ, ਸੀਵਰੇਜ ਲਾਈਨ ਨਵੀਂ ਪਾਈ ਜਾਵੇ। ਇਹ ਕਈ ਸਾਲਾਂ ਦੀ ਸਾਡੀ ਪ੍ਰੋਬਲਮ ਆ ਜੀ, ਇਹ ਅੱਜ ਦੀ ਨਹੀਂ ਕਈ ਸਾਲਾਂ ਦੀ ਪ੍ਰੋਬਲਮ ਆ, ਸਾਡਾ ਸੀਵਰੇਜ ਨਹੀਂ ਨਵਾਂ ਪੈ ਰਿਹਾ। ਅਸੀਂ ਤਾਂ ਇਹ ਮੰਗ ਪ੍ਰਸ਼ਾਸਨ ਅੱਗੇ ਰੱਖਦੇ ਹਾਂ ਅਤੇ ਪੂਰੇ ਗੁਰਪੁਰਬ ਆ, ਚਲੋ ਸਾਲ ਦੀ ਘਰੀ ਇਹਨੂੰ ਸਫਾਈ ਕਰਾਈ ਜਾਵੇ, ਚੰਗੀ ਤਰ੍ਹਾਂ ਇਹਦਾ ਹੱਲ ਕੀਤਾ ਜਾਵੇ ਕਿਸੇ ਤਰ੍ਹਾਂ। ਹਾਂਜੀ, ਕਿਹੜੇ ਮੁਹੱਲੇ ਤੋਂ ਆ ਜੀ? ਹਾਂਜੀ, ਕੀ ਮਾਮਲਾ ਕੀ ਆ ਜੀ ਜਿਹੜੇ ਇਕੱਠੇ ਹੋਏ? ਪਾਣੀਆਂ ਨਾਲੀਆਂ ਭਰੀਆਂ ਪਈਆਂ, ਗੰਦਗੀ ਇੰਨੀ ਆ, ਸਾਰੀ ਨਿਆਣੇ ਸਾਡੇ ਦਾਖਲ ਕੀਤੇ ਪਏ, ਇੰਨੇ ਬੁਰਾ ਹਾਲ ਹੋਇਆ ਪਿਆ। ਪਾਣੀ ਦਾ ਕੋਈ ਕੱਢਦਾ ਹੀ ਨਹੀਂ, ਇੱਕ ਦਿਨ ਕੱਢ ਕੇ ਗਏ, ਉਹ ਬੂਹੇ ਦਾ ਨਹੀਂ ਫਿਰ ਭਰ ਗਏ। ਅਤੇ ਨਗਰ ਨਿਗਮ ਦੇ ਧਿਆਨ 'ਚ ਨਹੀਂ ਲਿਆਂਦਾ ਸੀਗਾ ਇਸ ਮਾਮਲੇ ਨੂੰ ਲੈ ਕੇ? ਲਿਆਂਦਾ ਤਾਂ ਸੀਗਾ ਜਦੋਂ ਸ਼ੁਰੂ ਹੋਇਆ। ਅਤੇ ਨਗਰ ਨਿਗਮ ਦੀ ਟੀਮ ਆਉਂਦੀ? ਕਮੇਟੀ ਵਾਲੇ ਆਏ ਆ, ਕਮੇਟੀ ਵਾਲੇ ਆ ਕੇ ਕਰਕੇ ਚਲੇ ਗਏ, ਪਾਣੀ ਚੱਲਦਾ ਕਰਕੇ ਚਲੇ ਗਏ ਆ। ਮੁੜ ਕੇ ਕਿਸੇ ਨੇ ਦੇਖਿਆ ਨਹੀਂ, ਫਿਰ ਰੋਕਿਆ ਕਿ ਨਹੀਂ।